ਆਮ ਆ띠 ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਲੋਕਾਂ ਵੱਲੋਂ ਦਾਨ ਕੀਤਾ ਜਾ ਰਿਹਾ ਪਲਾਜ਼ਮਾ ਵੇਚ ਰਹੀ ਹੈ। ਉਹਨੇ ਕਹਿ ਕਿ ਸਰਕਾਰ ਮਹਾਮਾਰੀ ਦੌਰਾਨ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਪੁੱਠਾ ਉਹਨਾਂ ਤੇ ਹੀ ਨਵੇਂ ਵਿੱਤੀ ਬੋਝ ਪਾ ਰਹੀ ਹੈ। ਯਾਬ ਕਿ ਕੋਰੋਨਾ ਮਹਾਮਾਰੀ ਜਿਹੜੀ ਹੈ ਸਿਖਰ ਤੇ ਪਹੁੰਚ ਗਈ ਹੈ। ਔਰ ਇਹਦੇ ਸੰਬੰਧ ਵਿੱਚ ਨਿਤ ਰਣ ਵੱਡੇ ਪੱਧਰ ਤੇ ਮੌਤਾਂ, ਨਵੇਂ ਕੇਸ ਆਉਣ ਦੀ ਗੱਲ, ਪੇਸ਼ੈਂਟ ਜਿਹੜੇ ਪਰੇਸ਼ਾਨ ਹੋਣ ਦੀ ਗੱਲ, ਪਲਾਜ਼ਮਾ ਵੇਚਣ ਦੀ ਗੱਲ, ਕਈ ਕੁਝ ਸ ਸਾਹਮਣੇ ਆ ਰਿਹਾ ਤੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਕੋਲੋਂ ਮਲਾ ਕੇ ਤੁਹਾਨੂੰ ਕੀ ਲੱਗਦਾ ਪੰਜਾਬ ਚ ਕਰੋਨਾ ਦੀ ਕੀ ਸਥਿਤੀ ਹੈ ਔਰ ਸਰਕਾਰ ਕਿੱਥੋਂ ਤੱਕ ਕੰਮ ਜਬਾ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਰੋਜ਼ ਜਿਸ ਤਰ੍ਹਾਂ ਤੁਸੀਂ ਕਿਹਾ ਸ਼ੁਰੂ ਚ ਮੌਤਾਂ ਦੀ ਗਿਣਤੀ ਪੋਜ਼ਿਟਿਵ ਕੇਸਸ ਦੀ ਗਿਣਤੀ ਵਾਧੀ ਜਾ ਰਹੀ ਹੈ ਠੀਕ ਹੈ ਜੀ ਤੇ 90 ਮੌਤਾਂ ਇੱਕ ਦਿਨ ਚ ਹਾਈਐਸਟ ਕੱਲ ਹੋਈਆਂ ਨੇ ਹਾਉ ਨਹੀਂ ਤੇ ਉਕੇ ਸਭ ਤੋਂ ਵੱਧ ਆਏ ਨੇ ਤੇ ਹਰ ਜ਼ਿਲ੍ਹੇ ਚ ਹੁਣ ਤਾਂ ਕੋਈ ਜ਼ਿਲ੍ਹਾ ਵੀ ਨਹੀਂ ਇਦਾਂ ਦਾ ਰਿਹਾ ਕਿ ਜਿਹਦੇ ਵਿੱਚ ਪੱਕੇ ਕਹਿ ਦਈਏ ਕਿੰਨੇ ਹੌਟਸਪੌਟ ਸਭ ਤੋਂ ਪਹਿਲਾਂ ਸਰਕਾਰ ਕਹਿ ਰਹੀ ਹੈ ਕੈਪਟਨ ਸਾਹਿਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਰਫਿਊ ਤੇ ਲਾਕਡਾਊਨ ਲਾਇਆ ਸੀ 23 ਮਾਰਚ ਨੂੰ ਅਪ੍ਰੈਲ ਮਈ ਜੂਨ ਜੁਲਾਈ ਇੱਕ ਕ੍ਰੈਡਿਟ ਲੈ ਰਹੇ ਹਾਂ 4 ਮਹੀਨਿਆਂ ਦੇ ਵਿੱਚ ਕਿਹੜਾ ਇਨਫਰਾਸਟ੍ਰਕਚਰ ਇਹਨਾਂ ਨੇ ਖੜਾ ਕੀਤਾ ਕੋਈ ਸਰਕਾਰੀ ਹਸਪਤਾਲ ਅਪਡੇਟ ਕੀਤਾ ਹੋਵੇ ਕੋਈ ਪੀਪੀ ਕਿਟਾਂ ਜਾਂ ਕੋਈ ਵੈਂਟੀਲੇਟਰਸ ਜਾ ਕੋਈ ਕੋਈ ਹੋਰ ਇਹਦੇ ਨਾਲ ਮੈਡੀਕਲ ਇਕੁਪਮੈਂਟ ਜਿਹੜਾ ਇਹਨਾਂ ਦੇ ਤਾਂ ਉਹ ਕਹਿੰਦਾ ਇਹ ਪਲਾਜ਼ਮਾ ਬੈਂਕ ਖੋਲਿਆ ਪਲਾਜ਼ਮਾ ਬੈਂਕ ਕਹਿੰਦੇ ਸੀ ਖੋਲਤਾ ਉਹ ਤਾਂ ਚਲੋ ਅਰਵਿੰਦ ਕੇਜਰੀਪਾਲ ਜੀ ਨੇ ਪਹਿਲ ਕੀਤੀ ਸੀ ਤੇ ਹੁਣ ਸ਼ਰਮਨਾਗਲ ਇਹ ਹੈ ਕਿ ਉਹ ਲੋਕਾਂ ਨੂੰ ਕਹਿੰਦੇ ਨੇ ਦਾਨ ਕਰੋ ਖੂਨ ਤੇ ਦਾਨ ਕੀਤਾ ਉਹ ਖੂਨ ਤੇ ਸਰਕਾਰ ਦਾ ਫੈਸਲਾ ਹੈ ਕਿ ਪ੍ਰਾਈਵੇਟ ਹਸਪੀਟਲ ਨੂੰ 20000 ਰੁਪਏ ਪਰ ਪਲਾਜ਼ਮਾ ਵੇਚਾਂਗੇ ਮਤਲਬ ਆ ਤਾਂ ਬਹੁਤ ਹੀ ਸ਼ਰਮਨਾਗਲ ਹੈ ਕਿ ਇੱਕ ਦਾਨੀ ਸੱਜਣ ਖੂਨਦਾਨ ਨੂੰ ਮਹਾਨ ਦਾਨ ਕਿਹਾ ਜਾਂਦਾ ਚਲੋ ਜੀ ਤੇ ਮਹਾਦਾਨੀ ਸੱਜਣ ਦੇ ਦਿਲ ਤੇ ਕੀ ਬੀਤੂ ਬੀਤੂਗੀ ਕਿ ਮੈਂ ਤਾਂ ਦਾਨ ਕਰਕੇ ਆਇਆ ਸੀਗਾ ਤੇ ਸਰਕਾਰ ਉਹ ਚ ਵੇਚਣ ਲੱਗ ਗਈ ਉਹਨੂੰ ਸੋ ਮਤਲਬ ਕੀ ਸਰਕਾਰ ਆਪਣੀ ਇਕਨੋਮੀ ਹੁਣ ਲੋਕਾਂ ਦਾ ਖੂਨ ਵੇਚ ਕੇ ਪੂਰਾ ਕਰੂਗੀ ਮਤਲਬ ਮੈਂ ਇਹਦਾ ਬਹੁਤ ਹੀ ਮਤਲਬ ਜਿਹਨੂੰ ਕਹਾਂ ਕਿ ਜਿੰਨੀ ਦੀ ਨਿੰਦਿਆ ਕੀਤੀ ਜਾਵੇ ਇਸ ਗੱਲ ਦੀ ਓਨੀ ਘਟ ਹੈ ਇੱਕ ਪਾਸੇ ਜਿਹੜੀਆਂ ਐਂਬੂਲੈਂਸਸ ਨੇ ਉਹ ਇੰਨੀਆਂ ਖਟਾਰਾ ਨੇ ਕਿ ਮਰੀਜ਼ ਉਹ ਚ ਬੈਠਣੋਂ ਮਨਾ ਕਰ ਰਹੇ ਨੇ ਠੀਕ ਹੈ ਨਾ ਤੇ ਦੂਜੇ ਪਾਸੇ ਇਹ ਕਹਿੰਦੇ ਪਲਾਜ਼ਮਾ ਅਸੀਂ ਲੋਕਾਂ ਤੋਂ ਲੈ ਕੇ ਵੇਚਾਂਗੇ ਇਹਨੂੰ ਇੱਕਦਮ ਸੁਭਾਸ਼ਚੰਦਰ ਪੋਸ ਜੀ ਨੇ ਕਿਹਾ ਸੀਗਾ ਆਜ਼ਾਦੀ ਵੇਲੇ ਲੜਾਈ ਲੜ ਰਹੇ ਸੀ ਜਦੋਂ ਕਿ ਤੂੰ ਮuje ਖੂਨ ਦੋ ਮੈਂ ਤੁਝੇ ਆਜ਼ਾਦੀ ਦੂੰਗਾ ਤੇ ਆਜ਼ਾਦੀ ਤੋਂ ਬਾਅਦ ਸਾਡੇ ਲੀਡਰ ਇਸ ਹੱਦ ਤੱਕ ਆ ਗਏ ਕਿ ਤੂੰ ਹਮੇ ਖੂਨ ਦੋ ਹਮ ਉਸਕੋ ਵੇਚੇਂਗੇ ਇਹਦੇ ਵਿਰੁੱਧ ਆਮਾ ਦੀ ਪਾਰਟੀ ਡਟੂਗੀ ਸਤੰਬਰ ਚ ਕਹਿੰਦੇ ਆ ਮੌਨਸੂਨ ਸੈਸ਼ਨ ਅੱਗੇ ਲੈ ਗਏ ਕਿ ਸਤੰਬਰ ਚ ਹੋਊਗਾ ਤਾਂ ਸੇ ਆਮਾ ਦੀ ਪਾਰਟੀ ਵੱਲੋਂ ਡਟ ਕੇ ਵਿਰੋਧ ਕਰਾਂਗੇ ਤੋ ਤੁਗਨ ਮਾਨੋਂ ਨਾਲ ਇਹ ਕਹਿਣਾ ਵੀ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਰਾਹਤਾਂ ਦੇਣ ਦੀ ਥਾਂ ਉਲਟਾ ਦਾੰਟ ਮਿਲਿਆ ਪਲਾਜ਼ਮਾ ਭਾਵ ਖੂਨ ਜਿਹੜਾ ਵੇਚਣ ਦਾ ਕੰਮ ਕੀਤਾ ਜਾ ਰਿਹਾ ਉਹਦੇ ਵਿਰੁੱਧ ਆਮ ਆਦਮੀ ਪਾਰਟੀ ਜਿਹੜੀ ਸੜਕਾਂ ਤੇ ਆ ਕੇ ਸਰਕਾਰ ਦਾ ਵਿਰੋਧ ਕਰੇਗੀ ਕੈਮਰਾਮੈ ਇੰਦਰਜੀਤ ਸਿੰਘ ਦੇ ਨਾਲ ਤਰਲੋਚਨ ਸਿੰਘ ਪੀ.ਟੀ.ਸੀ. ਨਿਊਜ਼ ਚੰਡੀਗੜ੍ਹ